ਇਲਾਕਾ ਨਿਵਾਸੀ ਵੀਰੋ ਤੇ ਖਿਡਾਰੀ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹਰ ਸਾਲ ਇਸ ਕਲੱਬ ਦੇ ਵੱਲੋਂ, ਇਲਾਕੇ ਵੱਲੋਂ ਕਰਵਾਇਆ ਜਾਂਦਾ, ਇਹਦੀ ਸ਼ਲਾਘਾ ਵੀ ਕਰਦੇ ਹਾਂ, ਕਿਉਂਕਿ ਅੱਜ ਲੋੜ ਆ ਸਾਨੂੰ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ। ਇਹੋ ਜਿਹੇ ਜਿਹੜੇ ਟੂਰਨਾਮੈਂਟ ਨੇ ਉਹ ਕਰਵਾਉਣੇ ਬਹੁਤ ਜ਼ਰੂਰੀ ਨੇ, ਅਤੇ ਲਗਾਤਾਰ 20 ਸਾਲਾਂ ਤੋਂ ਇਹ ਕਲੱਬ ਵੱਲੋਂ ਜਿਹੜਾ ਇਹ ਸ਼ਲਾਘਾਯੋਗ ਉਪਰਾਲਾ ਕਰਾਇਆ ਜਾਂਦਾ, ਬਹੁਤ ਹੀ ਵਧੀਆ ਗੱਲ ਆ। ਅਤੇ ਸਾਨੂੰ ਵੀ ਲੋੜ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਕਬੱਡੀ ਕੱਪ ਨੇ ਜਿਹੜੇ ਖੇਡ ਮੇਲੇ ਨੇ ਅਸੀਂ ਪਿੰਡਾਂ ਦੇ ਵਿੱਚ ਕਰਵਾਈਏ, ਅਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਹੇਠ ਪੰਜਾਬ ਸਰਕਾਰ ਵੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਵੱਡੇ ਉਪਰਾਲੇ ਕਰ ਰਹੀ ਹੈ, ਅਤੇ ਖੇਡਾਂ ਮਤਲਬ ਪੰਜਾਬ ਦੀਆਂ ਸ਼ੁਰੂ ਕੀਤੀਆਂ, ਜਿਸ ਤਹਿਤ ਲੱਖਾਂ ਹੀ ਖਿਡਾਰੀਆਂ ਨੇ ਇਹਨਾਂ ਖੇਡਾਂ ਦੇ ਵਿੱਚ ਭਾਗ ਲਿਆ, ਅਤੇ ਇਹਨਾਂ ਖੇਡਾਂ ਦੇ ਨਾਲ ਲੱਖਾਂ ਹੀ ਨਵੇਂ ਖਿਡਾਰੀ ਪੈਦਾ ਹੋਏ ਨੇ। ਅਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਪਨਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ, ਅਤੇ ਉਹ ਖੇਡਾਂ ਵਿੱਚ ਹੀ ਮੁੜ ਤੋਂ ਰੰਗਲਾ ਬਣੂਗਾ, ਅਤੇ ਜਿਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਨਵੇਂ ਖੇਡ ਗਰਾਊਂਡ ਬਣਾ ਰਹੇ ਹਾਂ, ਕਿਉਂਕਿ ਜੇ ਨਵੇਂ ਖੇਡ ਗਰਾਊਂਡ ਹੋਣਗੇ ਤਾਂ ਨਵੇਂ ਖਿਡਾਰੀ ਪੈਦਾ ਹੋਣਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਹੈ ਜਿਹੜਾ ਉਹ ਖੇਡਾਂ ਦੇ ਵਿੱਚ ਖੇਡ ਗਰਾਊਂਡ ਨੂੰ ਵਧੀਆ ਬਣਾਇਆ ਜਾਵੇ, ਕਿਉਂਕਿ ਸਾਡਾ ਆਪਣਾ ਖੇਡ ਗਰਾਊਂਡ ਹੈ। ਤਿੰਨ ਰਾਖੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਪੈਸੇ ਦੀ ਲੋੜ ਹੋਊਗੀ ਉਹ ਅਸੀਂ ਇਸ ਕਰੇ ਖੇਡ ਗਰਾਊਂਡ 'ਤੇ ਲਾਵਾਂਗੇ, ਤਾਂ ਜੋ ਜਿਹੜੇ ਸਾਡੇ ਨੌਜਵਾਨ ਨੇ ਉਹ ਖੇਡਾਂ ਦੇ ਨਾਲ ਜੁੜੇ ਰਹਿਣ, ਅਤੇ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਲਾਈਟਾਂ ਦਾ ਵੀ ਪ੍ਰਬੰਧ ਕਰਾਂਗੇ। ਜਿਹੜੇ ਸਾਡੇ ਨੌਜਵਾਨ ਨੇ ਕੰਮਾਂਕਾਰਾਂ ਤੋਂ ਆ ਕੇ ਇੱਥੇ ਰਾਤ ਨੂੰ ਆਪਣੀਆਂ ਖੇਡਾਂ ਖੇਡਦੇ ਨੇ, ਉਹ ਹੈ ਜ਼ਰੂਰੀ ਆ, ਕਿਉਂਕਿ ਨੌਜਵਾਨੀਆਂ ਹੁਣ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਦੇ ਵੱਲ ਜਾਣਾ ਜ਼ਰੂਰੀ ਆ। ਮੈਂ ਸਮੁੱਚੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਅਤੇ ਮੇਰਾ ਵੀਰ ਸੁੱਖੀ ਢੀਂਡਸਾ ਜਿਹੜਾ ਆਸਟ੍ਰੇਲੀਆ ਤੋਂ ਆਇਆ ਹੈ ਉਸ ਵੀਰ ਦਾ ਵੀ ਧੰਨਵਾਦ, ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੀ ਸੰਤ ਸੁਖਦੇਵ ਸਿੰਘ ਜੀ ਮਹਾਰਾਜ ਜੀ ਨੇ ਪਹਿਲਾਂ ਤਾਂ ਇਲਾਕਾ ਹੀ ਜਿਹੜਾ ਸਾਰਾ ਹੀ ਤਾਰਤਾ, ਮਤਲਬ ਉਹਨਾਂ ਦਾ ਜਿਹੜਾ ਚਲਾਇਆ ਹੋਇਆ ਜਿਹੜਾ ਮਿਸ਼ਨ ਆ, ਜਾਂ ਜਿਹਦੇ 'ਤੇ ਉਹਨਾਂ ਨੇ ਲੋਕਾਂ ਨੂੰ ਇੰਨੀ ਕੁ ਪ੍ਰੇਰਨਾ ਦਿੱਤੀ, ਜਿਹਦੇ ਨੂੰ ਮੁੱਖ ਰੱਖਦੇ ਹੋਏ ਇੱਦਾਂ ਦੀਆਂ ਫਾਊਂਡੇਸ਼ਨਾਂ ਬਣੀਆਂ ਪਿੰਡਾਂ 'ਚ, ਜਿਨ੍ਹਾਂ ਦੇ ਵਿੱਚ ਉਹ ਦੀਵਾਨ ਕਰਾਏ ਜਾਂਦੇ ਨੇ ਕਬੱਡੀ ਕੱਪ ਖੇਡਾਂ, ਕਿਉਂਕਿ ਉਹ ਇਹ ਨਕਸ਼ਾ ਦਿਖਾ ਕੇ ਗਏ ਸਾਡੇ ਲੋਕਾਂ ਨੂੰ, ਉਹਨਾਂ ਨੇ ਪੂਰਾ ਇਲਾਕਾ ਜਿਹੜਾ ਤਾਰ ਕੇ ਰੱਖਿਆ। ਇੱਦਾਂ ਹੀ ਜਿਹੜੀ ਲਾਹੌਰਾਂ ਦੇ ਵਿੱਚ ਜਿਹੜਾ 20ਵਾਂ ਕਬੱਡੀ ਕੱਪ ਹੋ ਰਿਹਾ, ਬੜਾ ਸ਼ਲਾਘਾਯੋਗ ਕਦਮ ਆ ਸਾਰੇ ਨਗਰ ਦਾ ਹੀ, ਔਰ ਸਾਰੀ ਕਮੇਟੀ ਦਾ ਹੀ ਧੰਨਵਾਦ ਆ, ਕਿਉਂਕਿ ਇਹਦੇ ਨਾਲ ਯੂਥ ਨੂੰ ਹੋਰ
ਜਿਹੜਾ ਖੇਡਾਂ ਲਈ ਪ੍ਰੇਰਿਤ ਹੁੰਦੇ ਨੇ, ਹੋਰ ਜਿਹੜੇ ਨੌਜਵਾਨ ਭੜਕੇ ਵੀ ਨੇ, ਸਾਡੇ ਵਰਗੇ ਵੀ ਬਹੁਤ ਸੀਗੇ ਨੌਜਵਾਨ ਜਿਹੜੇ ਕਿਸੇ ਟਾਈਮ ਖੇਡਾਂ ਤੋਂ ਦੂਰ ਸੀਗੇ ਜਾਂ ਸਿੱਖੀ ਤੋਂ ਦੂਰ ਸੀਗੇ, ਉਹ ਸੰਤਾਂ ਦੀ ਕਿਰਪਾ ਦੇ ਨਾਲ ਅੱਜ ਖੇਡਾਂ ਦੇ ਨਾਲ ਜੁੜਦੇ ਜਾ ਰਹੇ ਨੇ ਔਰ ਸਿੱਖੀ ਦੇ ਨਾਲ ਜੁੜਦੇ ਜਾ ਰਹੇ ਨੇ। ਅਸੀਂ ਸਾਰੀ ਕਮੇਟੀ ਦਾ ਹੀ ਧੰਨਵਾਦ ਕਰਦੇ ਹਾਂ ਕਿਉਂਕਿ ਇਹ 20ਵਾਂ ਕਬੱਡੀ ਕੱਪ ਆ ਜੀ, ਇਹ ਇੱਦਾਂ ਹੀ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਤੋਂ ਸੇਵਾ ਲੈਂਦੇ ਰਹਿਣ, ਕਿਉਂਕਿ ਹੋਰ ਪਿੰਡਾਂ ਦੇ ਵਿੱਚੋਂ ਖਿਡਾਰੀ ਦੇਖੋ ਦੇਖੀ ਜਦੋਂ ਚੰਗੀ ਚੀਜ਼ ਪ੍ਰਮੋਟ ਹੁੰਦੀ ਹੈ ਵੀਰਾ ਜੀ ਤਾਂ ਉਹਦੇ ਨਾਲ ਦੇਖੋ ਦੇਖੀ ਨੌਜਵਾਨਾਂ ਦੇ ਵਿੱਚ ਜਿਹੜੇ ਹੁਣ ਅੱਜ ਛੋਟੇ ਖਿਡਾਰੀ ਨੇ ਉਹਨਾਂ ਨੂੰ ਵੀ ਜਿਹੜਾ ਮੌਕਾ ਮਿਲਿਆ, ਕਿਉਂਕਿ ਛੋਟੇ ਖਿਡਾਰੀਆਂ ਨੂੰ ਕਈ ਵਾਰੀ ਟੂਰਨਾਮੈਂਟਾਂ ਦੇ ਉੱਪਰ ਮੌਕਾ ਹੀ ਨਹੀਂ ਮਿਲਦਾ, ਉਹਨਾਂ ਨੂੰ ਵੀ ਮੌਕਾ ਮਿਲਿਆ ਤਾਂ ਉਹ ਜਦੋਂ ਛੋਟੇ ਖਿਡਾਰੀ ਨੂੰ ਮੌਕਾ ਮਿਲਣਾ ਤਾਂ ਉਹ ਅੱਗੇ ਹੋਰ ਪ੍ਰੇਰਿਤ ਹੁੰਦੇ ਨੇ, ਹੋਰ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ ਤਾਂ ਸੰਤਾਂ ਦਾ ਨਾਮ ਰੋਸ਼ਨ ਕਰਨਗੇ। ਔਰ ਕਮੇਟੀ ਦੇ ਬਹੁਤ ਵਧੀਆ ਜਿਹੜਾ ਵੀਰੇ ਕਦਮ ਆ ਜੀ ਇਹ ਸੱਚੇ ਪਾਤਸ਼ਾਹ ਇਹਨਾਂ ਦੀ ਸਾਰੀ ਜਿਹੜੀ ਫਾਊਂਡੇਸ਼ਨ ਨੂੰ ਜਿਹੜਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ, ਉਹ ਇੱਦਾਂ ਹੀ ਜਿਹੜਾ ਟੂਰਨਾਮੈਂਟ ਅੱਗੇ ਅੱਗੇ ਜਿਹੜੇ ਪਿੰਡਾਂ ਦੇ ਵਿੱਚ ਕਰਾਉਂਦੇ ਜਾਣ। ਨਸ਼ਿਆਂ ਦਾ ਦੌਰ ਚੱਲ ਰਿਹਾ ਪੰਜਾਬ ਦੇ ਅੰਦਰ, ਉਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇਖੋ ਵੀਰੇ ਜੀ ਸਾਡੇ ਕੋਲ ਨਾ ਜੀ ਅਸੀਂ ਇੱਕ ਆਸ਼ਰਮ ਚਲਾਉਂਦੇ ਹਾਂ, ਸਾਡੇ ਕੋਲ 100 ਦੇ ਕਰੀਬ ਮੰਦਬੁੱਧੀ ਜਿਹੜੇ ਵੀਰ ਰਹਿੰਦੇ ਨੇ ਔਰ ਸਾਡੇ ਕੋਲ 700 ਬੰਦਾ ਇੱਦਾਂ ਦਾ ਮਾਨਸਿਕ ਪਰੇਸ਼ਾਨ ਜਿਹੜਾ ਸੰਸਥਾ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦਾ ਸੰਗਤ ਦੇ ਸਾਥ ਨਾਲ ਇਲਾਜ ਚੱਲ ਰਿਹਾ। ਉਹਨਾਂ ਦੇ ਵਿੱਚੋਂ ਕੁਛ ਵੀਰ ਇੱਦਾਂ ਦੇ ਵੀ ਹੈਗੇ ਜਿਹੜੇ ਇੱਦਾਂ ਭੜਕ ਚੁੱਕੇ ਸੀ ਆਪਣੀ ਲਾਈਨ ਤੋਂ, ਉਹਨਾਂ ਦੇ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਜੋ ਉਹ ਸਹੀ ਰਸਤੇ ਜਿਹੜੇ ਚੜ੍ਹ ਸਕਣ। ਸਾਡੇ ਕੋਲ ਕਾਫੀ ਐਸੇ ਵੀਰ ਨੇ ਜਿਨ੍ਹਾਂ ਦੀਆਂ ਫੈਮਲੀਆਂ ਵੀ ਪਰੇਸ਼ਾਨ ਹੋ ਜਾਂਦੀਆਂ, ਉਹਨਾਂ ਨੂੰ ਹੁੰਦਾ ਵੀ ਭਾਈ ਤੁਸੀਂ ਆਸ਼ਰਮ 'ਚ ਰੱਖੋ ਇਹਨਾਂ ਨੂੰ ਤਾਂ ਕਿ ਇਹਨਾਂ ਦਾ ਜਿਹੜਾ ਜੀਵਨ ਸੁਧਰ ਸਕੇ, ਅੱਗੇ ਜਾ ਕੇ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਸਾਰੇ ਇਲਾਕੇ ਦੇ ਸਾਥ ਨਾਲ ਇੱਕ ਇੱਦਾਂ ਦੀ ਜਿਹੜੀ ਜਗ੍ਹਾ ਬਣਾਈ ਜਾਊਗੀ ਜਿੱਥੇ ਸਾਡੇ ਬੱਚੇ ਫ੍ਰੀ ਦੇ ਵਿੱਚ ਜਿਹੜਾ ਆਪਣਾ ਜੀਵਨ ਸੁਧਾਰ ਪਾਉਣਗੇ, ਉਸ ਗੰਦੇ ਗੰਦਗੀ ਦੀ ਲਹਿਰ ਦੇ ਵਿੱਚੋਂ ਨਿਕਲ ਕੇ ਸਿੱਖੀ ਵਾਲੇ ਪਾਸੇ ਚੱਲ ਸਕਣਗੇ। ਕਿਉਂਕਿ ਅੱਜ ਗਰੀਬ ਪਰਿਵਾਰ ਦਾ ਜੇ ਕੋਈ ਬੱਚਾ ਉਹ ਇੱਦਾਂ ਨਸ਼ੇ ਵੀ ਨਹੀਂ ਛੱਡ ਸਕਦਾ ਕਿਉਂਕਿ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਜੀ, ਇਸ ਕਰਕੇ ਆਪਣੇ ਕੋਲ ਕਾਫੀ ਵੀਰਾਂ ਦੇ ਇਲਾਜ ਵੀ ਚੱਲ ਰਹੇ ਨੇ। ਜੇਕਰ ਕੋਈ ਹੋਰ ਵੀ ਵੀਰ ਹੋਵੇ ਤਾਂ ਉਹਦੀ ਆਪਾਂ ਮੈਡੀਸਨ ਸ਼ੁਰੂ ਕਰਾਂਗੇ, ਉਹਨੂੰ ਹੌਲੀ ਹੌਲੀ ਗੁਰੂ ਦੇ ਲੜ ਲਾ ਕੇ ਉਹਨੂੰ ਉਸ ਜਿਹੜੀ ਗੰਦੀ ਲਹਿਰ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ। ਅੱਗੇ ਵੀ ਜਿਹੜਾ ਇਲਾਕੇ ਦਾ ਧੰਨਵਾਦ ਔਰ ਸੰਤਾਂ ਦੀ ਬੜੀ ਕਿਰਪਾ, ਕਿਉਂਕਿ ਜਦੋਂ ਸਾਧੂ ਸੰਤ ਹੱਥ ਰੱਖਦੇ ਨੇ ਨਾ ਜੀ ਤਾਂ ਉਹਨਾਂ ਦੀ ਕਿਰਪਾ ਦੇ ਨਾਲ ਇੱਦਾਂ ਦੇ ਕਾਰਜ ਜਿਹੜੇ ਕੀਤੇ ਜਾਂਦੇ ਨੇ ਜੀ। ਧੰਨਵਾਦ। ਧੰਨਵਾਦ। ਨੌਜਵਾਨਾਂ ਵੱਲੋਂ ਆਰ ਸਿੰਘ ਹਮਲਾ ਮਾਰੇ ਗਿਆ, ਕੀ ਕਹੋਗੇ? ਇਹ ਸ਼੍ਰੀ ਮਾਨ ਸੰਤ ਵਾਸੁਦੇਵ ਸਿੰਘ ਸਪੋਰਟਸ ਚੈਰੀਟੇਬਲ ਕਲੱਬ ਵੱਲੋਂ ਅੱਜ 20ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ, ਜੋ ਸਾਰੇ ਨਗਰ ਦੀ ਸਮੂਹ ਸੰਗਤ ਦੇ ਸਹਿਯੋਗ ਅਤੇ NRI ਭਰਾਵਾਂ ਦੇ ਸਹਿਯੋਗ ਨਾਲ ਟੂਰਨਾਮੈਂਟ ਚੱਲ ਰਿਹਾ ਅਤੇ ਇੱਥੇ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਲੈਂਦੀਆਂ ਨੇ ਅਤੇ ਗੁਰੂ ਦਾ ਲੰਗਰ ਹਮੇਸ਼ਾ ਟੁੱਟ ਵਰਤਦਾ। ਸ਼੍ਰੀ ਮਾਨ ਸੰਤ ਵਾਸੁਦੇਵ ਸਿੰਘ ਜੀ ਦੀ ਅਪਾਰ ਕਿਰਪਾ ਸਦਕੇ ਕੋਈ ਵੀ ਇੱਥੇ ਕਦੇ ਕੋਈ ਨਸ਼ਾ ਦੀ ਕੋਈ ਪ੍ਰੋਬਲਮ ਨਹੀਂ ਆਈ, ਕੋਈ ਲੜਾਈ ਝਗੜਾ ਨਹੀਂ ਹੋਇਆ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀਆਂ ਨੇ ਖੇਡਾਂ ਅਤੇ ਸ਼੍ਰੀ ਮਾਨ ਵਾਸੁਦੇਵ ਸਿੰਘ ਜੀ ਇੱਦਾਂ ਸਾਡੇ 'ਤੇ ਕਿਰਪਾ ਰੱਖਣ, ਅਸੀਂ ਇਹ ਟੂਰਨਾਮੈਂਟ ਹੋਰ ਅੱਗੇ ਲੈ ਕੇ ਜਾਈਏ ਤਾਂ ਜੋ ਇਸ ਇਲਾਕੇ ਵਿੱਚ ਜੋ ਨਸ਼ਿਆਂ ਦੀ ਦਲਦਲ ਆ ਉਹ ਤੋਂ ਅਸੀਂ ਇਹਨੂੰ ਹੋਰ ਦੂਰ ਧਰ ਸਕੀਏ ਅਤੇ ਮਹਾਰਾਜ ਦੀ ਕਿਰਪਾ ਰਹੀ ਤਾਂ ਇੱਦਾਂ ਹੀ ਬਹੁਤ ਸਹਿਯੋਗ ਰਹਿ ਜਾਣ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦੇ 80ਵੇਂ ਜਨਮ ਦਿਹਾੜੇ 'ਤੇ ਜੋ ਇਹ ਟੂਰਨਾਮੈਂਟ 20ਵਾਂ ਟੂਰਨਾਮੈਂਟ ਕਬੱਡੀ ਕੱਪ ਹੋ ਰਿਹਾ, ਜਿਸ ਵਿੱਚ ਸਾਡੇ ਭਰਾ ਗੁਰਪ੍ਰੀਤ ਸਿੰਘ ਅਤੇ ਗੁਰਤਾਰ ਸਿੰਘ UK 'ਚੋਂ ਉਹਨਾਂ ਨੇ ਬਹੁਤ ਵੱਡੀ ਹੈਲਪ ਭੇਜੀ ਆ। ਪਹਿਲਾ ਪ੍ਰਾਈਜ਼ 61,000 ਰੁਪਇਆ ਉਹਨਾਂ ਨੇ ਭੇਜਿਆ, ਉਹਨਾਂ ਦੇ ਬੇਟਾ ਜੀ ਸਾਡੇ ਨਾਲ ਖੜ੍ਹੇ ਨੇ, ਇਹ ਲੈ ਕੇ ਆਏ ਨੇ ਫਸਟ ਪ੍ਰਾਈਜ਼, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਕੇਂਦਰ ਮੋਤੀਬਾਗ ਵੱਲੋਂ ਇੱਥੇ ਹਰ ਸਾਲ ਬਾਬਾ ਜੀ ਦੇ ਕਬੱਡੀ ਕੱਪ 'ਤੇ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹਨ ਖਿਡਾਰੀਆਂ ਵਾਸਤੇ, ਅਤੇ ਇਹ ਅਜਿਹੀ ਸੇਵਾ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਹਾਂ ਅਤੇ ਅੱਗੇ ਵੀ ਜਾਰੀ ਰੱਖਾਂਗੇ। ਖਿਡਾਰੀਆਂ ਵਾਸਤੇ ਜੀ ਫਸਟ ਏਡ ਦੀ ਸੇਵਾ ਹੁੰਦੀ ਹੈ ਇੱਥੇ, ਕਿਸੇ ਦੇ ਕੋਈ ਸੱਟ ਪੇਟ ਲੱਗਦੀ ਹੈ, ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ, ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਅਤੇ ਉਹਦੇ ਵਾਸਤੇ ਸਾਡੀ ਟੀਮ ਇੱਥੇ ਹਾਜ਼ਰ ਹੈ।
ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੱਚਖੰਡ ਵਾਸੀ ਮਹਾਂਬ੍ਰਹਮ ਗਿਆਨੀ ਪਰਮ ਸਤਿਕਾਰ ਨੂੰ ਇੱਥੇ ਹਰ ਸਾਲ ਸਾਡੇ ਗੁਰੂ ਸਾਹਿਬ ਦੀ ਯਾਦ 'ਚ ਇਹ ਖੇਡ ਮੇਲਾ ਲਾਇਆ ਜਾਂਦਾ। ਇਸ ਨਾਲ ਜਿੰਨੇ ਵੀ ਸਾਡੇ ਪੰਜਾਬ ਦੇ ਬੱਚੇ ਨੇ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰਨਗੇ। ਵਾਹਿਗੁਰੂ ਸਾਹਿਬ, ਧੰਨਵਾਦ।